ਜਿਹੜਾ ਮਰੀਜ਼ ਹੈ ਉਸ ਨੂੰ ਕਿਧਰੇ ਨਹੀਂ ਜਾਣਾ ਪਊਗਾ ਕੋਈ ਵੀ ਦਵਾਈ ਬੂਟੀ ਖਰੀਦਣ ਦੇ ਲਈ। ਕਿ ਜਿੰਨੀਆਂ ਵੀ ਤਾਰਾਂ ਤੁਹਾਡੇ ਘਰਾਂ ਦੇ ਉੱਤੋਂ ਜਾਂਦੀਆਂ ਉਹ ਅਗਲੇ ਸਾਲ ਤੱਕ ਖਤਮ ਹੋ ਜਾਣਗੀਆਂ। ਮੇਰਾ ਨਿਸ਼ਾਨਾ ਰਿਹਾ ਕਿ ਅਮਨ ਅਤੇ ਚੈਨ ਬਿਲਕੁਲ ਬਰਕਰਾਰ ਰਹਿਣੀ ਚਾਹੀਦੀ ਹੈ, ਜਿਹਦੇ ਨਾਲ ਆਵਾਜਾਈ ਦੇ ਵਿੱਚ ਜਾਂ ਬਾਜ਼ਾਰ ਦੇ ਵਿੱਚ ਕੋਈ ਅਸ਼ਾਂਤੀ ਪੈਦਾ ਨਾ ਹੋਵੇ ਅਤੇ ਵਪਾਰ ਵਧੀਆ ਚੱਲਦਾ ਹੋਵੇ। ਬਾਜ਼ਾਰ ਦੇ ਵਿੱਚ ਸਾਡੇ ਹਿੰਦੂ ਭਰਾ ਵੀ ਹੈਗੇ ਹੈ, ਜੈਨ ਵੀ ਹੈਗੇ ਹੈ, ਸਿੱਖ ਵੀ ਹੈਗੇ ਹੈ, ਮੁਸਲਮਾਨ ਵੀ ਹੈ ਅਤੇ ਮੈਂ ਸਾਰਿਆਂ ਦਾ ਦਿਲੋਂ ਸਤਿਕਾਰ ਕਰਦਾ ਕਿ ਸਾਡੇ ਬਰਨਾਲੇ ਨੂੰ ਤੁਸੀਂ ਇੱਕ ਵਧੀਆ ਵਪਾਰ ਦਾ ਸੈਂਟਰ ਬਣਾਇਆ। ਮੇਰੀ ਕਿਸਮਤ ਚੰਗੀ ਹੈ, ਤੁਸੀਂ ਮੈਨੂੰ MP ਬਣਾਇਆ ਅਤੇ 56 ਕਰੋੜ ਰੁਪਏ ਦਾ ਬਰਨਾਲੇ ਦੇ ਵਿੱਚ ਹੁਣ ਬਣਨਾ ਸ਼ੁਰੂ ਹੋ ਗਿਆ। ਇਹ ਸਪੈਸ਼ਲਿਟੀ ਦਾ ਹੋਸਪਿਟਲ ਹੈ, ਇੱਥੇ ਆਮ ਆਦਮੀ ਦਾ ਇਲਾਜ ਤੋਂ ਬਿਨਾਂ ਜਿਹੜਾ ਮਰੀਜ਼ ਹੈ ਉਸ ਨੂੰ ਕਿਧਰੇ ਨਹੀਂ ਜਾਣਾ ਪਊਗਾ ਕੋਈ ਵੀ ਦਵਾਈ ਬੂਟੀ ਖਰੀਦਣ ਦੇ ਲਈ। ਸੋ ਮੈਂ ਸਮਝਦਾ ਕਿ ਇਸ ਦੇ ਨਾਲ ਆਪਣੇ ਸ਼ਹਿਰ ਦੀ ਆਵਾਜਾਈ ਵਪਾਰ ਵਧੂਗਾ। ਦੂਸਰਾ, 350 ਕਰੋੜ ਰੁਪਈਆ ਖਰਚ ਹੋ ਰਿਹਾ ਕਿ ਜਿੰਨੀਆਂ ਵੀ ਤਾਰਾਂ ਤੁਹਾਡੇ ਘਰਾਂ ਦੇ ਉੱਤੋਂ ਜਾਂਦੀਆਂ ਉਹ ਅਗਲੇ ਸਾਲ ਤੱਕ ਖਤਮ ਹੋ ਜਾਣਗੀਆਂ, ਨਵੀਆਂ ਤਾਰਾਂ ਵਿਛਾਈਆਂ ਜਾਣਗੀਆਂ, ਉਹਨਾਂ ਦੇ ਕਰੰਟ ਦੇ ਵਿੱਚ ਫਲਕਚੁਏਸ਼ਨ ਨਹੀਂ ਹੋਊਗੀ, ਕਿਸੇ ਦੀ ਮੋਟਰ ਕਿਸੇ ਦੀ ਮਸ਼ੀਨ ਨਹੀਂ ਫੂਕੀ ਜਾਊ, ਕਰੰਟ ਨਾਲ ਨਹੀਂ ਹੋਊਗੀ ਅਤੇ ਉਹ ਕਰਕੇ ਬਿਜਲੀ ਕਿਸੇ ਨੂੰ ਦਿਖੂਗੀ ਵੀ ਨਹੀਂ, ਉਹ ਧਰਤੀ ਦੇ ਅੰਦਰ ਹੋਊਗੀ। ਸੋ ਮੈਂ ਸਮਝਦਾ ਇਹਦੇ ਨਾਲ ਸਾਡਾ ਬਹੁਤ ਚੰਗਾ ਵਧੀਆ ਤਰ੍ਹਾਂ ਦੇ ਨਾਲ ਪ੍ਰੋਗਰੈਸ ਹੋਣਾ ਇਸ ਇਲਾਕੇ ਦਾ। ਜਿਵੇਂ ਜਿਵੇਂ ਮੌਕਾ ਦਿੱਤਾ ਜਾਊਗਾ ਤਿਵੇਂ ਤਿਵੇਂ ਤੁਹਾਡੀਆਂ ਮੁਸ਼ਕਲਾਤਾਂ ਨੂੰ ਦੇਖ ਕੇ ਖਤਮ ਕੀਤਾ ਜਾਊਗਾ। ਤੁਹਾਨੂੰ ਖੁਸ਼ੀ ਹੋਊਗੀ ਕਿ ਤਿੰਨੇ ਜ਼ਿਲ੍ਹੇ ਬਰਨਾਲੇ ਮਲੇਰਕੋਟਲੇ ਸੰਗਰੂਰ ਦੇ ਵਿੱਚ ਅੱਜ ਕੋਈ ਵੀ ਮਰੀਜ਼ ਨਹੀਂ ਰਿਹਾ ਕੈਂਸਰ ਦਾ ਜਿਸ ਨੂੰ 3.5 ਲੱਖ ਰੁਪਈਆ ਨਾ ਦਿੱਤਾ ਹੋਵੇ, ਔਰ ਕੋਈ ਵੀ ਹੈਂਡੀਕੈਪ ਨਹੀਂ ਹੈ ਜਿਹਨੂੰ ਚੱਲਣ ਵਾਲੀ ਮਸ਼ੀਨ ਨਾ ਦਿੱਤੀ ਹੋਵੇ, ਕੰਨਾਂ ਤੋਂ ਸੁਣਨ ਵਾਲੀ ਮਸ਼ੀਨ ਨਾ ਦਿੱਤੀ ਹੋਵੇ, ਜਿਹਦੀ ਨਿਗਾਹ ਹੈ ਨਹੀਂ ਉਹਨੂੰ ਸੋਟੀਆਂ ਦਿੱਤੀਆਂ ਗਈਆਂ ਕਿ ਉਹ ਟੋ ਟੋ ਕੇ ਆਪਣਾ ਰਸਤਾ ਲੱਭ ਸਕਦਾ ਹੈ ਬਗੈਰ ਖਤਰੇ ਤੋਂ। ਸੋ ਮੇਰੇ ਕਹਿਣ ਦਾ ਭਾਵ ਹੈ ਕਿ ਸਾਰੇ ਪਾਸੇ ਤੁਹਾਡੀ ਦੇਖਭਾਲ ਕੀਤੀ ਹੈ ਅਤੇ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਹੀ ਮੌਕਾ ਦਿੰਦੇ ਰਹੋਗੇ ਕਿ ਜਿਵੇਂ ਹੁਣ ਤੁਹਾਡੀ ਦੇਖਭਾਲ ਕਰਦੇ ਹੈ ਅੱਗੇ ਤੋਂ ਵੀ ਕਰਦੇ ਰਹਾਂਗੇ।